ਰੇਲਵੇ ਓਵਰ ਬ੍ਰਿਜ ਤੇ ਕੰਮ ਕਰਦੇ ਹੋਏ ਨੌਜਵਾਨ ਦੀ ਅਚਾਨਕ ਥੱਲੇ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ ਹੈ। ਨੌਜਵਾਨ ਬੀਤੇ ਦਿਨ ਹੀ ਆਪਣੇ ਪਰਿਵਾਰ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ ਤੇ ਅਗਲੇ ਦਿਨ ਉਸਦੀ ਇਸ ਤਰ੍ਹਾਂ ਮੌਤ ਹੋ ਗਈ ਹੈ। ਨੌਜਵਾਨ ਪੁਲ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੁਲ ਦੇ ਉੱਤੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਨੌਜਵਾਨ ਪੁਲ ਤੋਂ ਸਿੱਧਾ ਹੇਠਾਂ ਮੂੰਹ ਦੇ ਭਾਰ ਡਿੱਗ ਗਿਆ, ਜਿਸ ਕਾਰਨ ਉਸਦੀ ਇਹ ਮੌਤ ਹੋਈ ਹੈ। ਨੌਜਵਾਨ ਦੇ ਹੇਠਾਂ ਡਿੱਗਦੇ ਸਾਰ ਹੀ ਹਫੜਾ ਦਫੜੀ ਮੱਚ ਗਈ ਤੇ ਹੋਰ ਕੰਮ ਕਰ ਰਹੇ ਨੌਜਵਾਨਾਂ ਵੱਲੋਂ ਉਸ ਨੂੰ ਨੇੜਲੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਨੌਜਵਾਨ ਬਲਦੇਵ ਸਿੰਘ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਸੀ, ਜੋ ਦੀਨਾ ਨਗਰ ਤੋਂ ਬਹਿਰਾਮਪੁਰ ਰੋਡ ਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਓਵਰ ਬ੍ਰਿਜ ਤੇ ਕੰਮ ਕਰ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਓਵਰ ਬ੍ਰਿਜ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ, ਪਰ ਹਾਲੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਨਹੀਂ ਹੋਇਆ। ਇੱਥੋਂ ਤੱਕ ਕਿ ਆਉਣ ਜਾਣ ਵਾਲੇ ਕਈ ਸੌ ਪਿੰਡਾਂ ਦੇ ਲੋਕਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਇਸ ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਨੇ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਫਿਰ ਉਸਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ? ਉਹਨੂੰ ਐਂਬੂਲੈਂਸ ਲੈਣ ਆਈ ਕੋਈ? ਨਹੀਂ ਨਹੀਂ। ਹਾਂਜੀ, ਸਕੂਟਰ ਤੇ ਖੜਾ। ਠੀਕ ਹੈ ਜੀ। ਤੇ ਉਸ ਵੇਲੇ ਸਾਹ ਲੰਦਾ ਪਿਆ ਸੀ? ਹਾਂਜੀ, ਇਹ ਆਵਾਜ਼ ਸੀ ਆਈ। ਮੈਂ ਦੇਖਿਆ ਫਿਰ ਸਾਰੇ ਲੋਕ ਆਪਣੇ ਸਾਡੀ ਮਾਰਕੀਟ ਦੇ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ। ਬਸ ਇਦਾਂ ਨਹੀਂ ਬਹਿ ਨਹੀਂ ਪਾ ਲੱਗਾ, ਡਿੱਗਿਆ ਕਿਸ ਤਰ੍ਹਾਂ, ਇਦਾਂ ਮੂੰਹ ਭਾਰ ਸਿੱਧਾ ਥੱਲੇ ਡਿੱਗਿਆ ਸੀ ਉਹ ਬੰਦਾ। ਨਹੀਂ ਸਰ, ਕੁਛ ਨਹੀਂ ਲੱਗਿਆ ਹੁੰਦਾ, ਬੇਪਰਵਾਹ ਵਾਲੇ ਕੰਮ ਕਰਨ ਦੇ ਸਾਰੇ, ਕੁਛ ਨਹੀਂ ਲੱਗਾ ਹੁੰਦਾ ਇਹਨਾਂ ਦੇ। ਰੇਲਵੇ ਓਵਰ ਬ੍ਰਿਜ ਤੇ ਕੰਮ ਕਰਦੇ ਹੋਏ ਨੌਜਵਾਨ ਦੀ ਅਚਾਨਕ ਥੱਲੇ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ ਹੈ। ਨੌਜਵਾਨ ਬੀਤੇ ਦਿਨ ਹੀ ਆਪਣੇ ਪਰਿਵਾਰ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ ਤੇ ਅਗਲੇ ਦਿਨ ਉਸਦੀ ਇਸ ਤਰ੍ਹਾਂ ਮੌਤ ਹੋ ਗਈ ਹੈ। ਨੌਜਵਾਨ ਪੁਲ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੁਲ ਦੇ ਉੱਤੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਨੌਜਵਾਨ ਪੁਲ ਤੋਂ ਸਿੱਧਾ ਹੇਠਾਂ ਮੂੰਹ ਦੇ ਭਾਰ ਡਿੱਗ ਗਿਆ, ਜਿਸ ਕਾਰਨ ਉਸਦੀ ਇਹ ਮੌਤ ਹੋਈ ਹੈ। ਨੌਜਵਾਨ ਦੇ ਹੇਠਾਂ ਡਿੱਗਦੇ ਸਾਰ ਹੀ ਹਫੜਾ ਦਫੜੀ ਮੱਚ ਗਈ ਤੇ ਹੋਰ ਕੰਮ ਕਰ ਰਹੇ ਨੌਜਵਾਨਾਂ ਵੱਲੋਂ ਉਸਨੂੰ ਨੇੜਲੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਨੌਜਵਾਨ ਬਲਦੇਵ ਸਿੰਘ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਸੀ, ਜੋ ਦੀਨਾ ਨਗਰ ਤੋਂ ਬਹਿਰਾਮਪੁਰ ਰੋਡ ਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਓਵਰ ਬ੍ਰਿਜ ਤੇ ਕੰਮ ਕਰ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਓਵਰ ਬ੍ਰਿਜ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ, ਪਰ ਹਾਲੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਨਹੀਂ ਹੋਇਆ। ਇੱਥੋਂ ਤੱਕ ਕਿ ਆਉਣ ਜਾਣ ਵਾਲੇ ਕਈ ਸੌ ਪਿੰਡਾਂ ਦੇ ਲੋਕਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਇਸ ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਨੇ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਫਿਰ ਉਸਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ? ਉਹਨੂੰ ਐਂਬੂਲੈਂਸ ਲੈਣ ਆਈ ਕੋਈ? ਨਹੀਂ ਨਹੀਂ। ਹਾਂਜੀ, ਸਕੂਟਰ ਤੇ ਖੜਾ। ਠੀਕ ਹੈ ਜੀ। ਤੇ ਉਸ ਵੇਲੇ ਸਾਹ ਲੰਦਾ ਪਿਆ ਸੀ? ਹਾਂਜੀ, ਇਹ ਆਵਾਜ਼ ਸੀ ਆਈ। ਮੈਂ ਦੇਖਿਆ ਫਿਰ ਸਾਰੇ ਲੋਕ ਆਪਣੇ ਸਾਡੀ ਮਾਰਕੀਟ ਦੇ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ। ਬਸ ਇਦਾਂ ਨਹੀਂ ਬਹਿ ਨਹੀਂ ਪਾ ਲੱਗਾ, ਡਿੱਗਿਆ ਕਿਸ ਤਰ੍ਹਾਂ, ਇਦਾਂ ਮੂੰਹ ਭਾਰ ਸਿੱਧਾ ਥੱਲੇ ਡਿੱਗਿਆ ਸੀ ਉਹ ਬੰਦਾ। ਨਹੀਂ ਸਰ, ਕੁਛ ਨਹੀਂ ਲੱਗਿਆ ਹੁੰਦਾ, ਬੇਪਰਵਾਹ ਵਾਲੇ ਕੰਮ ਕਰਨ ਦੇ ਸਾਰੇ, ਕੁਛ ਨਹੀਂ ਲੱਗਾ ਹੁੰਦਾ ਇਹਨਾਂ ਦੇ।